ਅੱਜ ਅਸੀਂ ਸ਼ੂ ਬਾਕਸ ਦੇ ਵਿੱਚ ਗਰਾਸਲੈਂਡ ਦਾ ਮਾਡਲ ਬਣਾਉਣਾ ਸਿੱਖਾਂਗੇ। ਇਸ ਦੇ ਲਈ ਸਭ ਤੋਂ ਪਹਿਲੇ ਸਾਨੂੰ ਜ਼ਰੂਰੀ ਹੈ ਇੱਕ ਬੂਟਾਂ ਦਾ ਡੱਬਾ, ਜਿਸ ਦੀ ਇੱਕ ਬਾਹਰੀ ਸਾਈਡ ਨੂੰ ਅਸੀਂ ਕੱਟ ਕੇ ਅਲੱਗ ਕਰ ਦਿੱਤਾ ਹੈ, ਨਾਲ ਹੀ ਇਸ ਦਾ ਢੱਕਣ ਵੀ ਨਹੀਂ ਹੈ। ਹੁਣ ਸਾਡੇ ਕੋਲ ਡੱਬੇ ਦੀਆਂ ਸਿਰਫ 3 ਦੀਵਾਰਾਂ ਬਚਦੀਆਂ ਹਨ ਅਤੇ ਇੱਕ ਆਧਾਰ ਬਚਦਾ ਹੈ। ਇਸ ਡੱਬੇ ਦੇ ਉੱਤੇ ਹੀ ਅਸੀਂ ਆਪਣਾ ਗਰਾਸਲੈਂਡ ਦਾ ਮਾਡਲ ਤਿਆਰ ਕਰਾਂਗੇ। ਸਾਈਡ ਵਾਲੀਆਂ ਦੀਵਾਰਾਂ ਦੇ ਉੱਤੇ ਪੇਂਟਿੰਗਸ ਕੀਤੀਆਂ ਜਾਣਗੀਆਂ ਤਾਂ ਕਿ ਉਹ ਆਕਾਸ਼ ਦਾ ਜਾਂ ਆਸਮਾਨ ਦਾ ਆਵਾਸ ਦੇ ਸਕਣ। ਸਭ ਤੋਂ ਪਹਿਲੇ ਅਸੀਂ ਡੱਬੇ ਦੇ ਆਧਾਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਕਾਗਜ਼ ਕੱਟ ਕੇ ਲਗਾਵਾਂਗੇ। ਇਸ ਦੇ ਵਿੱਚ ਇੱਕ ਛੋਟਾ ਜਿਹਾ ਛੇਦ ਕਰਾਂਗੇ ਜਿਸ ਦੇ ਵਿੱਚ ਇੱਕ ਪੌਂਡ ਜਾਂ ਤਲਾਬ ਦਿਖਾਇਆ ਜਾ ਸਕੇ। ਡੱਬੇ ਦੀਆਂ ਸਾਈਡ ਦੀਆਂ ਦੀਵਾਰਾਂ ਦੇ ਲਈ ਇਹ ਇਸ ਤਰ੍ਹਾਂ ਦੀ ਪੇਂਟਿੰਗ ਕੀਤੀ ਹੈ ਜੋ ਇਸ ਤਰ੍ਹਾਂ ਚਿਪਕਾ ਕੇ ਲਗਾਈ ਜਾਏਗੀ। ਉਸੇ ਤਰ੍ਹਾਂ ਹੀ ਬਾਕੀ ਦੀਵਾਰਾਂ ਦੇ ਉੱਤੇ ਵੀ ਪੇਂਟਿੰਗਸ ਲੱਗਣਗੀਆਂ। ਅਤੇ ਚਲੋ ਅਸੀਂ ਤਿਆਰ ਕਰਕੇ ਦੇਖਦੇ ਹਾਂ ਕਿ ਇਹ ਤਿਆਰ ਹੋਣ ਤੋਂ ਬਾਅਦ ਕਿਸ ਤਰ੍ਹਾਂ ਦਾ ਲੱਗਦਾ ਹੈ। ਵਾਟਰ ਪੌਂਡ ਜਾਂ ਤਲਾਬ ਬਣਾਉਣ ਦੇ ਲਈ ਅਸੀਂ ਕਿਸੇ ਵੀ ਬੋਤਲ ਦਾ ਆਧਾਰ ਕੱਟ ਸਕਦੇ ਹਾਂ। ਇਸੇ ਆਧਾਰ ਦੇ ਬਰਾਬਰ ਦਾ ਇੱਕ ਛੇਦ ਇਸ ਗੱਤੇ ਦੇ ਡੱਬੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਕੀਤਾ ਜਾਵੇਗਾ ਅਤੇ ਬੋਤਲ ਦੇ ਕੱਟੇ ਹੋਏ ਭਾਗ ਨੂੰ ਉਸ ਹਿੱਸੇ ਦੇ ਵਿੱਚ ਫਿੱਟ ਕਰ ਦਿੱਤਾ ਜਾਵੇਗਾ। ਸਜਾਉਣ ਅਤੇ ਲੇਬਲਿੰਗ ਤੋਂ ਬਾਅਦ ਸਾਡਾ ਗਰਾਸਲੈਂਡ ਦਾ ਮਾਡਲ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ।